ਕੇਂਦਰ ਸਰਕਾਰ ਦੇ ਵੱਲੋਂ ਦੇਸ਼ ਦੇ ਵਿਚ ਵੱਧ ਰਹੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਖਿਲਾਫ਼ ਕਾਂਗਰਸ ਸਰਕਾਰ ਨੇ ਤਰਨ ਤਰਨ ਦੇ ਐਮ ਐਲ ਏ ਡਾਕਟਰ ਧਰਮਵੀਰ ਅਗਨੀਹੋਤਰੀ ਦੀ ਅਗਵਾਈ ਦੇ ਵਿਚ ਸ਼ਹਿਰ ਦੇ ਬੌੜੀ ਚੌਂਕ ਦੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ਅਤੇ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਜਿਸ ਦੇ ਵਿਚ ਸੈਂਕੜੇ ਕਾਂਗਰਸੀ ਵਰਕਰ ਸ਼ਾਮਿਲ ਹੋਏ। ਇਸ ਮੌਕੇ ਦੇ ਉਤੇ ਹਲਕਾ ਤਰਨ ਤਾਰਨ ਦੇ ਐਮ ਐਲ ਏ ਡਾਕਟਰ ਧਰਮਵੀਰ ਅਗਨੀਹੋਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਵੱਲੋਂ ਦੇਸ਼ ਦੇ ਵਿਚ ਵੱਧ ਰਹੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਖਿਲਾਫ਼ ਅੱਜ ਪੂਰੇ ਪੰਜਾਬ ਦੇ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਸਾੜੇ ਜਾ ਰਹੇ ਨੇ ਜਿਸ ਦੇ ਨਾਲ ਕਿ ਗੂੰਗੀ ਬੋਲੀ ਸਰਕਾਰ ਨੂੰ ਜਗਾਇਆ ਜਾ ਸਕੇ ਅਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਸ੍ਰੀ ਲਖਨ ਜੀ ਦੇ ਦੇਸ਼ਾਂ ਦੇ ਅਨੁਸਾਰ ਹਰ ਇੱਕ ਵਿਧਾਨ ਸਭਾ ਹਲਕਿਆਂ ਦੇ ਵਿੱਚ ਜਿਹੜੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਹੋਇਆ ਵਾ, ਉਹ ਸੈਂਟਰ ਸਰਕਾਰ ਦੇ ਖਿਲਾਫ਼, ਮੋਦੀ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਹੋ ਰਿਹਾ, ਕਿਉਂਕਿ ਡੀਜ਼ਲ ਇੱਕ ਇਹੋ ਜਿਹੀ ਚੀਜ਼ ਹੈ ਜਿਹਦੇ ਨਾਲ ਸਾਰੀਆਂ ਜਿਹੜੀ ਚੀਜ਼ਾਂ ਦੇ ਭਾਅ ਜੋ ਨਿਰੀਖਣ ਹੁੰਦੇ ਨੇ, ਚਾਹੇ ਉਹ ਸਫ਼ਰ ਕਰਨ ਵਾਲੇ ਹੋਣ, ਚਾਹੇ ਉਹ ਕਿਸਾਨਾਂ ਦੇ ਲਈ ਖਾਸ ਕਰਕੇ ਇਹਦੀ ਮੁਸ਼ਕਿਲ ਹੁੰਦੀ ਆ, ਉਹਦੇ ਲਈ ਜਿਹੜੀ ਹੈਗੀ ਨੇ ਅਸੀਂ ਸੰਯੁਕਤ ਸਰਕਾਰ ਕੋਲੋਂ ਮੰਗ ਕਰਦੇ ਹਾਂ ਵੀ ਇਹਦੇ ਰੇਟ ਘਟਾਉਣ। ਪਿਛਲੇ ਹਫ਼ਤੇ ਵੀ ਡੀ ਸੀ ਸਾਹਿਬ ਜ਼ਿਲ੍ਹਾ ਲੈਵਲ 'ਤੇ ਜਿਹੜੀਆਂ ਸੀ ਅਸੀਂ ਧਰਨੇ ਲਈ, ਅਸੀਂ ਡੀ ਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀ, ਕਿਉਂਕਿ ਜਦੋਂ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸੀ ਉਹ ਇੰਟਰਨੈਸ਼ਨਲ ਲੈਵਲ 'ਤੇ ਬੈਰਲ ਦੀ ਕੀਮਤ ਦੇ ਹਿਸਾਬ ਦੇ ਨਾਲ ਪੈਟਰੋਲ ਦੀ ਡੀਜ਼ਲ ਦੀ ਕੀਮਤ ਵੀ ਘੱਟ ਸੀ। ਅੱਜ ਜਦੋਂ ਬੈਰਲ ਦੀ ਕੀਮਤ ਅੱਧੀ ਹੋ ਗਈ ਆ, ਔਰ ਡੀਜ਼ਲ ਅਤੇ ਪੈਟਰੋਲ ਦੀ ਕੀਮਤਾਂ ਵਧੀਆਂ ਜਾ ਰਹੀਆਂ ਨੇ, ਇਹ ਮੋਦੀ ਸਰਕਾਰ ਸਿਰਫ ਜਿਹੜੇ ਆਪਣੇ ਚਹੇਤੇ ਨੇ ਬਹੁਤ ਵੱਡੇ ਇੰਡਸਟਰੀਸਟ ਹੈਗੇ ਨੇ ਉਹਨਾਂ ਨੂੰ ਜਿਹੜੇ ਹੈਗੇ ਨੇ ਫੰਡੇ ਕਰ ਰਹੀ ਆ, ਉਹਨਾਂ ਨੂੰ ਪੈਸੇ ਕਮਾਉਣ ਦੇ ਰਹੀ ਆ, ਆਮ ਜਨਤਾ ਤੋਂ ਦੁਖੀ ਆ, ਅਸੀਂ ਸਾਰੇ ਬੇਨਤੀ ਕਰਦੇ ਵੀ ਰੇਟ ਪੇਮੈਂਟ ਘੱਟ ਹੋਵੇ। ਤੇ ਇਹ ਜਿਹੜੀਆਂ ਚੀਜ਼ਾਂ ਜਿਹੜੀ ਸਰਕਾਰ ਹੈਗੀ ਆ, ਇਹ ਪੈਟਰੋਲ ਦੀ ਕੀਮਤ ਡੀਜ਼ਲ ਦੀ ਕੀਮਤ ਘੱਟ ਕਰੇ ਤੇ ਸਾਰੀ ਦੇਸ਼ 'ਚ ਜਿੰਨੀਆਂ ਚੀਜ਼ਾਂ ਨੇ, ਚਾਹੇ ਸਬਜ਼ੀਆਂ ਨੇ, ਚਾਹੇ ਦਾਲਾਂ ਨੇ, ਚਾਹੇ ਖਾਣ ਪੀਣ ਚੀਜ਼ਾਂ, ਸਾਰੀਆਂ ਘੱਟ ਹੋ ਜਾਣਗੀਆਂ, ਤੋਂ ਇਹ ਨਿਰਭਰ ਸਾਰਾ ਕਰਦਾ ਵਾ। ਅੱਜ ਇਹ ਮੰਗ ਕਰਨਗੇ ਵੀ ਘੱਟ ਕਰੋ, ਅੱਜ ਸਾਰੀ ਜਿਹੜੀ ਕਾਂਗਰਸ ਤਰਨ ਤਾਰਨ ਦੀ ਇਕੱਠੀ ਹੋ ਕੇ ਮੋਦੀ ਸਾਹਿਬ ਦਾ ਪੁਤਲਾ ਫੂਕ। ਤਰਨ ਤਾਰਨ ਤੋਂ ਵਿਜੇ ਅਰੋੜਾ ਦੀ ਰਿਪੋਰਟ।